Welcome everyone to the online platform of Mex Overseas and for this beautiful girl over here. So today we're going to talk about your next cue card, apna cue card number 31. So our cue card is about describe a successful business person. You know, ta hun aapa jehdi hegi aa first slide de utte female di photo layi si, so we're going to talk about a female person. Theek hai, ta aapa kise female bare gal karde hegi aa. So he or she can be your, you know, sister, mother, your wife, whatever it is. So we're gonna talk about such person. So apne ko ek question ki hai gaya, who this person is. So tusi jehda hega itthe dass sakde hege ho ki this person is my blood relative. Of course, agar wife nahi hegi te ta aap itthe karna gal kar sakde, this person is my blood relative or she is my distant aunt. ਹੁਣ ਤੁਸੀਂ ਇੱਥੇ ਸਟਾਰਟ ਕਰਨਾ ਹੈਗਾ, ਪਹਿਲਾਂ ਇਹਨੂੰ ਆਪਾਂ ਇੰਟਰੋਡਿਊਸ ਕਰਵਾਉਣਾ ਹੈਗਾ, ਡਿਸਕ੍ਰਾਈਬ ਅ ਸਕਸੈਸਫੁਲ ਬਿਜ਼ਨਸ ਪਰਸਨ ਯੂ ਨੋ। ਤਾਂ ਹੁਣ ਇੱਥੇ ਮੈਂ ਕਿਹਾ ਵੀ ਦੇਅਰ ਆਰ ਮੈਨੀ ਪੀਪਲ ਆਈ ਨੋ ਅਰਾਊਂਡ ਮੀ ਹੂ ਆਰ ਡੂਇੰਗ ਰੀਅਲੀ ਗੁੱਡ ਇਨ ਦੇਅਰ ਲਾਈਫਸ। ਤਾਂ ਪਹਿਲਾਂ ਮੈਂ ਦੱਸਿਆ WH ਕੰਡੀਸ਼ਨਲ ਆਇਆ, ਮੈਂ ਕਿਹਾ ਵੀ ਹੂ ਆਰ ਡੂਇੰਗ ਕਹਿ ਸਕਦੇ ਹੋ ਰਾਜੇ, ਪਰਫੋਰਮਿੰਗ ਕਹਿ ਸਕਦੇ ਹੋ, ਰੀਅਲੀ ਗੁੱਡ ਇਨ ਦੇਅਰ ਲਾਈਵਸ ਸਮ ਆਫ ਦੈਮ ਆਰ ਵਰਕਿੰਗ ਪ੍ਰੋਫੈਸ਼ਨਲਸ ਵੇਅਰ ਐਸ ਅਦਰਸ ਓਨ ਦੇਅਰ ਬਿਜ਼ਨਸਿਸ। ਤਾਂ ਕੁਛ ਜਿਹੜੇ ਹੈਗੇ ਆ ਵਰਕਿੰਗ ਪ੍ਰੋਫੈਸ਼ਨਲਸ ਆ, ਬਾਕੀ ਕੀ ਹੈਗੇ ਆ ਆਪਣੇ ਬਿਜ਼ਨਸ ਓਨ ਕਰਦੇ ਆ। ਓਕੇ, ਸੋ ਮੈਂ ਇੱਥੇ ਕਿਹਾ, ਮੈਂ ਕਿਹਾ ਵੀ ਟੂਡੇ ਦ ਪਰਸਨ ਆਈ ਐਮ ਗੋਇੰਗ ਟੂ ਟਾਕ ਅਬਾਊਟ ਇਜ਼ ਨਨ ਅਦਰ ਦੈਨ ਮਾਈ ਡਿਸਟੈਂਟ ਆਂਟ, ਹਰ ਨੇਮ ਇਜ਼ ਐਕਸ, ਜੋ ਵੀ ਉਹਦਾ ਨਾਮ ਰੱਖਣਾ ਹੈਗਾ। ਤਾਂ ਮੈਂ ਦੱਸਤਾ ਕਿ ਸਟਰਕਚਰ ਕਾਹਦੇ ਨਾਲ ਇੰਟਰੋਡਿਊਸ ਕਰਾਇਆ ਹੈਗਾ ਆਪਾਂ, ਨਨ ਅਦਰ ਦੈਨ। ਤਾਂ ਮੈਂ ਕਿਹਾ ਪਰਸਨ ਆਈ ਐਮ ਗੋਇੰਗ ਟੂ ਟਾਕ ਅਬਾਊਟ ਏਅਰ ਇਜ਼ ਨਨ ਅਦਰ ਦੈਨ ਮਾਈ ਡਿਸਟੈਂਟ ਆਂਟ ਐਂਡ ਹਰ ਨੇਮ ਇਜ਼ whatever her name is. How you know this person? Ta main the keh sakdi hegi hu ki I knew her, since my childhood and she always been a role model for me. Ta tusi itthe dasso ki oh person jehda hega mere vaste hamesha to role model reha aa. So main start kita, I know her since my childhood and she always been a role model for me, or she always been a perfect role model for me. What business he or she does? Ta tusi itthe kuch vi gal kar sakde ho raje, clothing di gal kar sakde hege ho, hana beauty industry di gal kar sakde ho, IT industry di gal kar sakde ho, ਕੋਈ ਵੀ ਇੱਦਾਂ ਦਾ ਤੁਸੀਂ ਬਿਜ਼ਨਸ ਡਿਸਕ੍ਰਾਈਬ ਕਰ ਸਕਦੇ ਹੈਗੇ ਹੋ। ਡਾਕਟਰ, ਹਨਾ, ਮੈਂ ਕਿਹਾ ਵੀ ਸ਼ੀ ਇਜ਼ ਅ ਡਾਕਟਰ ਐਂਡ ਸ਼ੀ ਓਨਸ ਹਰ ਓਨ ਚੇਨ ਆਫ ਕਲੀਨਿੰਗਸ। ਤਾਂ ਉਹਨਾਂ ਦੀ ਆਪਣੀ ਚੇਨ ਹੈਗੀ ਆ ਕਲੀਨਿੰਗਸ ਦੀ, ਤਾਂ ਉਹਦੀ ਵੀ ਗੱਲ ਕਰ ਸਕਦੇ ਹੋ। ਤਾਂ ਮੈਂ ਇੱਥੇ ਕਿਹਾ, ਮੈਂ ਕਿਹਾ ਵੀ ਬੇਸਿਕਲੀ ਸ਼ੀ ਇਜ਼ ਵਰਕਿੰਗ ਵਿਦ ਆਈਟੀ ਇੰਡਸਟਰੀ ਐਂਡ ਦੇਰ ਆਰ ਅਰਾਊਂਡ 10,000 ਇੰਪਲੋਈਜ਼ ਵਰਕਿੰਗ ਅੰਡਰ ਹਰ। ਤਾਂ ਉਹਨਾਂ ਦੀ ਆਈਟੀ ਇੰਡਸਟਰੀ ਹੈਗੀ ਆ, ਇਨਫੋਰਮੇਸ਼ਨ ਟੈਕਨੋਲੋਜੀ 'ਚ ਉਹ ਕੰਮ ਕਰ ਰਹੇ ਆ, ਅਤੇ 10,000 ਇੰਪਲੋਈਜ਼ ਜਿਹੜੇ ਹੈਗੇ ਆ ਉਹਨਾਂ ਦੇ ਅੰਡਰ ਕੰਮ ਕਰ ਰਹੇ ਆ। ਵਾਈ ਐਕਸਪਲੇਨ ਵਾਈ ਹੀ ਆਰ ਸ਼ੀ ਇਜ਼ ਸਕਸੈਸਫੁਲ। ਹੁਣ ਆਪਣੇ ਕੋਲ ਆਹ ਪੋਰਸ਼ਨ ਰਹਿ ਗਿਆ ਜਿਹੜਾ ਆਪਾਂ ਆਨਸਰ ਕਰਨਾ ਹੈਗਾ ਕਿ ਮੇਰੇ ਹਿਸਾਬ ਨਾਲ ਉਹ ਪਰਸਨ ਸਕਸੈਸਫੁਲ ਕਿਉਂ ਹੈਗਾ।
ਠੀਕ ਆ, ਤਾਂ ਮੈਂ ਹੁਣ ਇਹਨੂੰ ਇਲੈਬੋਰੇਟ ਕਰਨਾ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਫੋਰ ਮੀ ਅ ਪਰਸਨ ਹੂ ਓਨਸ ਅ ਲੋਟ ਆਫ ਮਨੀ ਇਜ਼ ਨੋਟ ਸਕਸੈਸਫੁਲ, ਫੋਰ ਮੀ ਅ ਪਰਸਨ ਹੂ ਸਟ੍ਰਾਈਕਸ ਅ ਰਾਈਟ ਬੈਲੈਂਸ ਬਿਟਵੀਨ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ ਇਜ਼ ਸਕਸੈਸਫੁਲ। ਤਾਂ ਮੈਂ ਦੱਸਿਆ, ਮੈਂ ਕਿਹਾ ਵੀ ਉਹ ਪਰਸਨ ਜਿਹਦੇ ਕੋਲ ਬਹੁਤ ਜ਼ਿਆਦਾ, ਤੁਸੀਂ ਵੋਕੈਬ ਕੀ ਪਾਓਗੇ, ਮਟੀਰੀਅਲਿਸਟਿਕ ਵੈਲਥ ਹੈਗੀ ਆ। ਮੈਂ ਕਿਹਾ ਦ ਪਰਸਨ ਹੂ ਓਨਸ ਅ ਲੋਟ ਆਫ ਮਟੀਰੀਅਲਿਸਟਿਕ ਵੈਲਥ ਇਜ਼ ਨੋਟ ਸਕਸੈਸਫੁਲ ਸਕਸੈਸਫੁਲ ਫੋਰ ਮੀ, ਵੇਅਰ ਐਸ ਜਦ ਕਿ ਦ ਪਰਸਨ ਹੂ ਸਟ੍ਰਾਈਕ ਅ ਪਰਫੈਕਟ ਬੈਲੈਂਸ ਬਿਟਵੀਨ ਕਾਹਦੇ ਵਿੱਚ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ। ਤਾਂ ਇਹਦਾ ਸਟਰਕਚਰ ਆਪਾਂ ਕਿੱਦਾਂ ਮੈਂ ਬਣਾਇਆ, ਮੈਂ ਕਿਹਾ ਦ ਪਰਸਨ ਹੂ ਓਨਸ ਅ ਲੋਟ ਆਫ ਮਟੀਰੀਅਲਿਸਟਿਕ ਵੈਲਥ ਇਜ਼ ਨੋਟ ਸਕਸੈਸਫੁਲ ਫੋਰ ਮੀ, ਫੋਰ ਮੀ ਆਈ ਕੰਸੀਡਰ ਅ ਪਰਸਨ ਹੂ ਸਟ੍ਰਾਈਕ ਅ ਪ੍ਰੋਪਰ ਬੈਲੈਂਸ ਬਿਟਵੀਨ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ ਇਜ਼ ਸਕਸੈਸਫੁਲ ਐਂਡ ਮਾਈ ਆਂਟ ਇਜ਼ ਇੰਪੈਕੇਬਲ ਐਟ ਦੈਟ। ਤਾਂ ਹੁਣ ਮੈਂ ਇੱਥੇ ਵਰਡ ਯੂਜ਼ ਕੀਤਾ ਕਿ ਮੇਰੇ ਜਿਹੜੇ ਆਂਟ ਹੈਗੇ ਆ ਉਹ ਕੀ ਹੈਗੇ ਆ, ਇੰਪੈਕੇਬਲ ਆ, ਮਤਲਬ ਪਰਫੈਕਟ ਹੈਗੇ ਆ। ਸੀ ਵਨ ਇੱਕ ਪਊਗੀ ਰਾਜੇ। ਤਾਂ ਮੈਂ ਕਿਹਾ ਵੀ ਮਾਈ ਆਂਟ ਇਜ਼ ਇੰਪੈਕੇਬਲ ਐਟ ਦੈਟ ਐਂਡ ਆਈ ਰਿਸਪੈਕਟ ਹਰ ਵੈਰੀ ਮੱਚ ਫੋਰ ਦਿਸ। ਤਾਂ ਮੈਂ ਉਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹਾਂ ਇਸ ਗੱਲ ਨੂੰ ਲੈ ਕੇ। ਠੀਕ ਹੈ, ਫਿਰ ਤੁਸੀਂ ਦੱਸ ਸਕਦੇ ਹੈਗੇ ਹੋ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ, ਹੁਣ ਜਿੱਦਾਂ ਮੈਂ ਕਹਾਂ, ਮੈਂ ਕਿਹਾ ਵੀ ਰੈਗੂਲਰਲੀ ਸ਼ੀ ਡੈਡੀਕੇਟ 8 to 10 ਆਵਰਸ to her work and earn significantly, ਬਹੁਤ ਜ਼ਿਆਦਾ ਅਰਨ ਕਰਦੇ ਹੈਗੇ ਆ। ਮੈਂ ਨੰਬਰ ਨਹੀਂ ਦਿੱਤਾ, ਮੈਂ ਸਿੰਪਲੀ ਐਗਜ਼ਾਮਿਨਰ ਨੂੰ ਕਿਹਾ ਕਿ ਕਾਫੀ ਅਰਨ ਕਰਦੇ ਹੈਗੇ ਆ ਸਿਗਨੀਫਿਕੈਂਟਲੀ, ਬਿਕੋਜ ਆਫ ਦੈਟ ਯੈਟ, ਯੈਟ ਦਾ ਮਤਲਬ ਆਪਾਂ ਕੀ ਲਿਆ, ਪਰ ਫਿਰ ਵੀ, ਯੈਟ ਸ਼ੀ ਨੈਵਰ ਫੇਲਸ ਟੂ ਫੁਲਫਿਲ ਹਰ ਫੈਮਿਲੀ ਡਿਊਟੀਜ਼। ਡਿਊਟੀਜ਼ ਕਹਿ ਸਕਦੇ ਹੋ ਰਾਜੇ, ਵਿਸ਼ਿਜ਼ ਕਹਿ ਸਕਦੇ ਹੋ, ਰਿਕੁਆਇਰਮੈਂਟਸ ਕਹਿ ਸਕਦੇ ਹੋ, ਰੈਕੁਇਜ਼ਿਟਸ ਕਹਿ ਸਕਦੇ ਹੋ, ਕੋਈ ਵੀ ਵਰਡ ਯੂਜ਼ ਕਰ ਸਕਦੇ ਹੋ। ਮੈਂ ਕਿਹਾ ਯੈਟ ਸ਼ੀ ਨੈਵਰ ਫੇਲਸ ਟੂ ਫੁਲਫਿਲ ਹਰ ਫੈਮਿਲੀ ਨੀਡਸ ਜਾਂ ਫੈਮਿਲੀ ਰਿਕੁਇਜ਼ਿਟਸ, ਕੁਛ ਵੀ ਤੁਸੀਂ ਯੂਜ਼ ਕੀਤਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਔਨ ਦਾ ਵੀਕਐਂਡਸ ਸ਼ੀ ਮੇਕ ਇਟ ਸ਼ੋਰ ਦੈਟ ਸ਼ੀ ਸਪੈਂਡ ਮੋਰ ਐਂਡ ਮੋਰ। ਹੁਣ ਮੋਰ ਐਂਡ ਮੋਰ ਦੀ ਆਪਾਂ ਸਟਰਕਚਰ ਲਾਈ ਹੈ। ਔਨ ਵੀਕਐਂਡ ਸ਼ੀ ਇਨਸ਼ੋਰਸ ਦੈਟ ਸ਼ੀ ਸਪੈਂਡ ਮੋਰ ਐਂਡ ਮੋਰ ਟਾਈਮ ਵਿਦ ਆਰ ਫੈਮਿਲੀ ਮੈਂਬਰਸ ਸੋ ਦੈਟ ਸ਼ੀ ਕੈਨ ਡਿਵੈਲਪ ਅ ਗੁੱਡ ਬੋਂਡਿੰਗ ਵਿਦ ਦੈਮ। All these makes her a perfect woman who is having a perfect personal and professional upfront of the life. She is in her 40s still. She is really energetic, healthy and good looking. Ta main kya bhi oh insaan jada hai ga, she is in her 40s. Ta apne 40s de vich hai gaya,
ਬਟ ਉਹ ਬਹੁਤ ਜ਼ਿਆਦਾ ਐਨਰਜੈਟਿਕ ਨੇ, ਹੈਲਦੀ ਨੇ ਅਤੇ ਗੁੱਡ ਲੁਕਿੰਗ ਵੀ ਨੇ, ਤਾਂ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਹੈਗੀਆਂ। ਮੈਂ ਕਿਹਾ ਵੀ ਆਈ ਸਮਟਾਈਮਸ ਈਵਨ ਫੀਲ ਸਰਪ੍ਰਾਈਜ਼ ਦੈਟ ਹਾਊ ਸ਼ੀ ਮੈਨੇਜਿਸ ਆਲ ਦੀਸ ਥਿੰਗਸ, ਐਂਡ ਦਿਸ ਇਜ਼ ਦ ਰੀਜ਼ਨ ਵਾਈ ਸ਼ੀ ਇਜ਼ ਅ ਪਰਫੈਕਟ ਬਿਜ਼ਨਸ ਓਨਰ ਫੋਰ ਮੀ, ਐਂਡ ਆਈ ਰਿਸਪੈਕਟ ਹਰ ਰੀਅਲੀ ਮੱਚ। ਤਾਂ ਹੁਣ ਆਪਾਂ ਬਿਜ਼ਨਸ ਓਨਰ ਕਿਉਂ ਲੈ ਕੇ ਆਏ ਹਾਂ, ਕਿਉਂਕਿ ਆਪਣੇ ਤੋਂ ਉਹਨਾਂ ਨੇ ਬਿਜ਼ਨਸਮੈਨ ਦੀ ਗੱਲ ਪੁੱਛੀ ਹੈਗੀ ਆ, ਤਾਂ ਮੈਂ ਉਹਨੂੰ ਵਾਪਸ ਲਿੰਕ ਬੈਕ ਕਰਤਾ ਆਪਦੇ ਕਿਊ ਕਾਰਡ ਨਾਲ, ਤਾਂ ਕਿ ਮੈਂ ਉਹਦੇ ਤੋਂ ਜ਼ਿਆਦਾ ਨਾ ਭਟਕਾਂ। ਠੀਕ ਹੈ ਰਾਜੇ, ਨੈਕਸਟ ਚੱਲਦੇ ਹੈਗੇ ਆ ਫੋਲੋ ਅਪ ਕੁਐਸਚਨਸ ਦੇ ਵਿੱਚ। ਵਟ ਫੈਕਟਰਸ ਲੀਡ ਟੂ ਸਕਸੈਸ? ਤਾਂ ਮੈਂ ਕਿਹਾ ਵੀ ਫੋਰ ਮੀ ਡਿਲੀਜੈਂਸ ਇਜ਼ ਦਾ ਓਨਲੀ ਵੇ ਟੂ ਸਕਸੀਡ, ਹੈ ਨਾ। ਦੋ ਚੀਜ਼ਾਂ ਹੈਗੀਆਂ ਰਾਜੇ, ਆਪਾਂ ਇੱਕ ਵਰਡ ਯੂਜ਼ ਕਰਦੇ ਹੈਗੇ ਹਾਂ ਹਾਰਡਵਰਕ। ਹਾਰਡਵਰਕ ਦਾ ਤੁਸੀਂ ਸਿਨੋਨਿਮ ਯੂਜ਼ ਕਰ ਸਕਦੇ ਹੈਗੇ ਹੋ ਡਿਲੀਜੈਂਸ। ਦੂਜਾ ਆਪਾਂ ਯੂਜ਼ ਕਰਾਂਗੇ ਰਾਜੇ ਕੰਸਿਸਟੈਂਸੀ। ਕੰਸਿਸਟੈਂਸੀ ਕੀ? ਤੁਸੀਂ ਰੋਜ਼ ਕੰਮ ਕਰ ਰਹੇ ਹੈਗੇ ਹੋ, ਠੀਕ ਹੈ। ਤਾਂ ਆਪਾਂ ਦੋਨੋਂ ਚੀਜ਼ਾਂ ਕੀਤੀਆਂ, ਡਿਲੀਜੈਂਸ ਐਂਡ ਕੰਸਿਸਟੈਂਸੀ। ਮਤਲਬ ਤੁਸੀਂ ਰੈਗੂਲਰਲੀ ਕੰਮ ਕਰ ਰਹੇ ਹੋ, ਹਾਰਡਵਰਕ ਕਰ ਰਹੇ ਹੋ, ਬਟ ਰੈਗੂਲਰਲੀ। ਯੂ ਆਰ ਨੋਟ ਲਾਈਕ ਇਹ ਹਫ਼ਤੇ 'ਚ ਇੱਕ ਦਿਨ ਕੰਮ ਕੀਤਾ ਬਾਕੀ ਦਿਨ ਆਈ ਡੋਂਟ ਨੋ ਵਟ ਇਜ਼ ਗੋਇੰਗ ਅਰਾਊਂਡ, ਰਾਈਟ। ਸੋ ਵਾਈ ਡੂ ਪੀਪਲ ਨੀਡ ਟੂ ਸੈਕਰੀਫਾਈ, ਸੋਰੀ, ਵਟ ਡੂ ਪੀਪਲ ਨੀਡ ਟੂ ਸੈਕਰੀਫਾਈਸ ਇਨ ਸਕਸੈਸ? ਤਾਂ ਮੈਂ ਕਿਹਾ ਫੋਰ ਗੈਟਿੰਗ ਸਕਸੈਸ, ਆਈ ਥਿੰਕ ਦ ਵਨ ਥਿੰਗ ਆਲ ਪੀਪਲ ਨੀਡ ਟੂ ਸੈਕਰੀਫਾਈਸ ਇਜ਼ ਸਲੀਪ, ਵਾਚਿੰਗ ਮੂਵੀਜ਼ ਐਂਡ ਹੈਵਿੰਗ ਫਨ, ਹੈ ਨਾ। ਤਾਂ ਕੁਛ ਨਾ ਕੁਛ ਟੂ ਸਮ ਐਕਸਟੈਂਡ। ਤਾਂ ਮੈਂ ਇੱਥੇ ਦੱਸਿਆ ਕਿ ਇੱਕ ਤਾਂ ਸਲੀਪ ਹੋ ਗਿਆ, ਇੱਕ ਮੂਵੀਜ਼ ਨੂੰ ਵਾਚ ਕਰਨਾ ਹੋ ਗਿਆ, ਠੀਕ ਹੈ, ਆਰ ਇੱਕ ਹੋ ਗਿਆ ਹੈਵਿੰਗ ਫਨ ਜਾਂ ਗੋਇੰਗ ਆਊਟ। ਹੁਣ ਮੈਂ ਇੱਥੇ ਕਿਹਾ ਟੂ ਸਮ ਐਕਸਟੈਂਡ, ਕੁਛ ਹੱਦ ਤੱਕ, ਇੱਦਾਂ ਨਹੀਂ ਕਿ ਬਿਲਕੁਲ ਹੀ, ਪਰ ਕੁਛ ਹੱਦ ਤੱਕ ਬੰਦੇ ਨੂੰ ਇਹ ਚੀਜ਼ ਨੂੰ ਸੈਕਰੀਫਾਈਸ ਕਰਨਾ ਪੈਂਦਾ ਹੈਗਾ, ਠੀਕ ਹੈ। ਸਮਟਾਈਮਸ ਪੀਪਲ ਈਵਨ ਨੀਡ ਟੂ ਸੈਕਰੀਫਾਈਸ ਸਮ ਪਰਸਨਲ ਪਲੇਸ਼ਰਸ ਇਨ ਆਰਡਰ ਟੂ ਬੀ ਸਕਸੈਸਫੁਲ, ਠੀਕ ਹੈ। ਵਿਚ ਇਜ਼ ਮੋਰ ਲਾਈਕਲੀ ਟੂ ਬੀ ਸਕਸੈਸਫੁਲ, ਫੈਮਿਲੀ ਬਿਜ਼ਨਸ ਔਰ ਲਾਰਜ ਕਾਰਪੋਰੇਸ਼ਨਸ? ਵੈਲ, ਦੈਟ ਡਿਪੈਂਡਸ ਅਪੋਨ ਦਾ ਸਰਕਿਮਸਟਾਂਸਿਸ, ਰਾਈਟ। ਇਹ ਚੀਜ਼ ਕੀ ਹੈ? ਸਰਕਿਮਸਟਾਂਸਿਸ 'ਤੇ ਡਿਪੈਂਡ ਕਰਦੀ ਹੈਗੀ ਆ, ਬਟ ਯੂਜਲੀ ਲਾਰਜ ਕਾਰਪੋਰੇਸ਼ਨਸ ਆਰ ਮੋਰ ਸਟਰਕਚਰਡ। ਤਾਂ ਜਿਹੜੀਆਂ ਲਾਰਜ ਕਾਰਪੋਰੇਸ਼ਨਸ ਹੁੰਦੀਆਂ ਉਹਨਾਂ 'ਚ ਚੰਗੀ ਗੱਲ ਕੀ ਹੁੰਦੀ ਹੈ ਕਿ ਇੱਕ ਬੰਦੇ 'ਤੇ ਕੁਛ ਵੀ ਡਿਪੈਂਡ ਨਹੀਂ ਕਰਦਾ। ਇੱਕ ਬੰਦੇ ਦਾ ਇੱਕ ਰੋਲ ਹੈਗਾ, ਅਗਰ ਉਹ ਚੱਲ ਗਿਆ ਤਾਂ ਉਹਦੀ ਜਗ੍ਹਾ ਕਿਸੇ ਹੋਰ ਨੇ ਰਿਪਲੇਸ ਕਰਤਾ ਉਹਨੂੰ। ਬਟ ਫੈਮਿਲੀ ਬਿਜ਼ਨਸਿਸ 'ਚ ਕੀ ਹੁੰਦਾ, ਜਨਰਲੀ ਕੋਈ ਇੱਕ ਜਾਂ ਦੋ ਪਰਸਨ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਅਤੇ ਉਹਨਾਂ ਦੀ ਐਬਸੈਂਸ ਦੇ ਵਿੱਚ ਸਾਰਾ ਕੰਮ ਰੁਕ ਜਾਂਦਾ। ਤਾਂ ਮੈਂ ਇੱਥੇ ਕਹਿ ਸਕਦੀ ਹੈਗੀ ਹਾਂ ਕਿ ਲਾਰਜ ਕਾਰਪੋਰੇਸ਼ਨਸ ਆਰ ਮੋਰ ਸਟਰਕਚਰਡ ਐਜ਼ ਕੰਪੇਅਰ ਟੂ ਦਾ ਫੈਮਿਲੀ ਬਿਜ਼ਨਸਿਸ, ਐਂਡ ਐਬਸੈਂਸ ਆਫ ਵਨ ਪਰਸਨ ਡਜ਼ਨਟ ਇੰਪੈਕਟ ਦਾ ਆਊਟਪੁੱਟ ਆਫ ਹੋਲ ਆਰਗਨਾਈਜੇਸ਼ਨ, ਵਿਚ ਇਜ਼ ਨੋਟ ਟਰੂ ਇਨ ਦਾ ਕੇਸ ਆਫ ਫੈਮਿਲੀ ਓਨਡ ਬਿਜ਼ਨਸਿਸ। ਓਕੇ, ਇਟ ਇਜ਼ ਈਜ਼ੀ ਫਾਰ ਅ ਬਿਜ਼ਨਸ ਟੂ ਬੀ ਸਕਸੈਸਫੁਲ ਵਿਦਆਊਟ ਅਫੈਕਟਿੰਗ ਦਾ ਇਨਵਾਇਰਮੈਂਟ। ਵੈਲ, ਦੇਅਰ ਇਜ਼ ਸਮ ਸੋਰਟ ਆਫ ਕਾਰਬਨ ਫੁੱਟਪ੍ਰਿੰਟ ਵਿਚ ਇਜ਼ ਆਲਵੇਜ ਦੇਅਰ ਵੈਨ ਐਨ ਆਰਗਨਾਈਜੇਸ਼ਨ ਇਜ਼ ਅਪ ਐਂਡ ਰਨਿੰਗ। ਤਾਂ ਆਪਣੇ ਕੋਲ ਜਿਹੜਾ ਕਾਰਬਨ ਫੁੱਟਪ੍ਰਿੰਟ, ਰਾਜੇ ਮੈਂ ਵਰਡ ਯੂਜ਼ ਕੀਤਾ ਆ, ਕਾਰਬਨ ਫੁੱਟਪ੍ਰਿੰਟ ਆਪਾਂ ਯੂਜ਼ ਕੀਤਾ ਹੈਗਾ, ਟਰਮ ਯੂਜ਼ ਕੀਤੀ ਹੈਗੀ ਆ ਉਹਦੇ ਲਈ, ਮਤਲਬ ਤੁਹਾਡਾ ਪੋਲਿਊਸ਼ਨ ਜਿਹੜਾ ਤੁਸੀਂ ਕੌਜ਼ ਕਰਦੇ ਹੋ, ਠੀਕ ਹੈ, ਗ੍ਰੀਨ ਹਾਊਸ ਗੈਸਿਸ ਤੁਸੀਂ ਪ੍ਰੋਡਿਊਸ ਕਰਦੇ ਹੋ। ਤਾਂ ਮੈਂ ਕਿਹਾ ਵੀ ਦੇਅਰ ਇਜ਼ ਆਲਵੇਜ਼ ਅ ਸਰਟਨ ਲੈਵਲ ਆਫ ਕਾਰਬਨ ਫੁੱਟਪ੍ਰਿੰਟ ਪ੍ਰੋਡਿਊਸਡ ਬਾਏ ਐਨ ਆਰਗਨਾਈਜੇਸ਼ਨ ਵੈਨ ਇਟ ਇਜ਼ ਅਪ ਐਂਡ ਰਨਿੰਗ, ਜਦੋਂ when it is up and running, ta jadon ki kardi hai gi a koi organization kaam kar rahi hai, however
opposite side switch kite. However, these footprint or this this greenhouse emission can be reduced to a large extent by continuous efforts of the organization, and they can also try to plant more trees or go more green in order to reduce its impact. Ta hun tusi dekho raje bilkul carbon footprint paida na hona possible nahi, because you are using plastic in everything, right? You are using paper, you are using material that are constructed or made, I can say, in industries, and in that process a lot of greenhouse gases or environmental degradation is caused. So for all these reasons, it is not possible for any organization to go green entirely, but what we can do is we can just reduce the carbon footprint that we are producing. So that's all for today's cue card. I hope you enjoyed the video. Do like and subscribe our channel. Thank you, everyone.